ਸਤਿ ਸ਼੍ਰੀ ਅਕਾਲ ਜੀ, ਕਲੀਅਰ ਕਲੋਥ ਹਾਊਸ ਦੇਖਦੇ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ। ਅਤੇ ਜੇ ਤੁਸੀਂ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਕਿਉਂਕਿ ਅਸੀਂ ਬਹੁਤ ਹੀ ਜੈਨੂਅਨ ਪ੍ਰਾਈਸ ਦੇ ਉੱਤੇ ਤੁਹਾਡੇ ਲਈ ਬਹੁਤ ਖੂਬਸੂਰਤ ਆਈਟਮਾਂ ਲੈ ਕੇ ਆਉਂਦੇ ਹਾਂ। ਅਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਘੱਟ ਰੇਟ ਵਾਲੇ ਸੂਟ। ਠੀਕ ਹੈ ਜੀ, ਕਾਫੀ ਦਿਨਾਂ ਤੋਂ ਭੈਣਾਂ ਦੇ ਮੈਸੇਜ ਆ ਰਹੇ ਸੀ ਕੁਛ ਘੱਟ ਰੇਟ ਵਾਲੇ ਲੈਣ ਦੇਣ ਵਾਸਤੇ ਵੀ ਸੂਟ ਦਿਖਾਓ। ਅਤੇ ਲਓ ਜੀ, ਅੱਜ ਫਿਰ ਤੁਹਾਨੂੰ ਦਿਖਾਉਂਦੇ ਹਾਂ ਬੜੀਆਂ ਪਿਆਰੀਆਂ ਆਈਟਮਾਂ। ਸੈਮੀ ਕਰੇਪ ਵਾਸ਼ੇਬਲ ਸੂਟ ਨੇ ਇਹ ਜੀ, ਚਰੀ ਵਰਕ। ਠੀਕ ਹੈ, ਨੀਚੇ ਘੇਰੇ ਦੇ ਉੱਤੇ ਇਹ ਕੰਮ ਹੋਇਆ ਹੋਇਆ ਘੇਰਾ, ਮੈਂ ਤੁਹਾਨੂੰ ਮਿਲ ਕੇ ਦੱਸ ਦਿੰਦੀ ਹਾਂ। ਘੇਰਾ ਇਹਦਾ 24 ਤੱਕ ਤਿਆਰ ਹੈ ਜੀ, ਐਂਡ ਟੂ ਐਂਡ 24 ਤੱਕ ਵਰਕ ਹੋਇਆ ਹੋਇਆ। ਲੈਂਥ ਦਾ ਕੋਈ ਇਸ਼ੂ ਨਹੀਂ, ਕਿਉਂਕਿ ਗਲਾ ਤੁਸੀਂ ਇਹ ਇਹਨਾਂ ਲਾਈਨਾਂ ਦੇ ਉੱਪਰ ਵੀ ਕੱਟ ਸਕਦੇ ਹੋ ਅਤੇ ਲੌਂਗ ਵੀ ਜਾ ਸਕਦਾ। ਠੀਕ ਹੈ, ਅਤੇ ਬੜਾ ਪਿਆਰਾ ਜਿਹਾ ਵਰਕ ਹੋਇਆ ਹੋਇਆ, ਵੀਡੀਓ ਥੋੜ੍ਹਾ ਜਿਹਾ ਥੋੜ੍ਹਾ ਨੇੜੇ ਫੋਕਸ ਕਰ ਦਿਖਾ ਦਿੰਦੇ ਹਾਂ। ਠੀਕ ਹੈ, ਥਰੈਡ ਵਰਕ ਦਾ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆ, ਨਾਲ ਚਰੀ ਵਰਕ ਦਾ। ਸਫਾਈ ਬਹੁਤ ਜ਼ਿਆਦਾ ਵਰਕ ਦੇ ਉੱਤੇ, ਬਿਲਕੁਲ ਵੀ ਕੋਈ ਟਾਂਕਾ ਇੱਧਰ ਉੱਧਰ ਢਿੱਲਾ ਨਹੀਂ ਹੈ। ਅਤੇ ਸੈਮੀ ਕਰੇਪ ਦਾ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ। ਚਨੌਨ ਦੀ ਕਾਪੀ ਹੈ ਨਾ, ਆਪਾਂ ਕਹਿ ਸਕਦੇ ਹਾਂ ਕਿ ਚਨੌਨ ਦੀ ਕਾਪੀ ਹੁੰਦੀ ਹੈ ਇਹ। ਠੀਕ ਹੈ, ਪਰ ਕੱਪੜਾ ਬਹੁਤ ਸੋਹਣਾ ਹੁੰਦਾ, ਸ਼ਾਈਨ ਦੇਖੋ ਕੱਪੜੇ ਦੇ ਵਿੱਚ, ਬਹੁਤ ਪਿਆਰੀ ਚੀਜ਼ ਹੁੰਦੀ ਹੈ। ਉਹਦੇ ਹੋਰ ਟੂ ਸਾਈਡਸ ਇਹਦੇ ਤਿੱਲੇ ਦਾ ਜਰੀ ਦਾ ਕੰਮ ਹੋਇਆ ਹੋਇਆ। ਸਫਾਈ 2.25 ਮੀਟਰ ਦੁਪੱਟੇ ਦੀ ਲੈਂਥ। ਠੀਕ ਹੈ ਜੀ, ਅਤੇ ਫਿਨਿਸ਼ਿੰਗ ਜੜਾ ਲੱਗੀ ਹੋਈ ਵੀ ਹੈ। ਠੀਕ ਹੈ, ਅਤੇ ਪ੍ਰਾਈਸ ਰੇਂਜ ਬਹੁਤ ਹੀ ਜੈਨੂਨ ਹੈ ਜੀ, 1050 ਦੇ ਵਿੱਚ ਇਹ ਸੂਟ ਵੀ ਘਰ ਪਹੁੰਚਣਾ ਵਾਸ਼ੇਬਲ ਕਰੀਮ ਦੇ ਉੱਤੇ। ਬੜਾ ਪਿਆਰਾ ਕੱਪੜਾ ਲੱਗਿਆ ਹੋਇਆ। ਠੀਕ ਹੈ ਜੀ, ਅਤੇ ਸਫਾਈ ਵੀ ਪੂਰੀ। ਫਿਰੋਜ਼ੀ ਕਲਰ ਦੇ ਉੱਤੇ ਪਿੰਕ ਦੇ ਨਾਲ ਹੀ ਵਰਕ ਹੋਇਆ ਹੋਇਆ। ਅੱਛੀਆਂ ਚੀਜ਼ਾਂ ਨੇ ਇਹ, ਹੈ ਨਾ, ਐਂ ਨਹੀਂ ਹੈਗਾ ਕਿ ਆਪਾਂ ਨਹੀਂ ਪਾ ਸਕਦੇ, ਆਪਾਂ ਵੀ ਪਾ ਸਕਦੇ ਹਾਂ। ਪਰ ਕੁਛ ਭੈਣਾਂ ਨੇ ਕਮੈਂਟ ਵੀ ਕਰਿਆ ਹੋਇਆ ਸੀਗਾ, ਤੁਸੀਂ ਕਹਿ ਦਿੰਦੇ ਹੋ ਦੇਣ ਲੈਣ ਲਈ ਵਧੀਆ, 25-26 ਸਾਲ ਸੂਟ ਕੌਣ ਕਿਸੇ ਨੂੰ ਦਿੰਦਾ, ਪਰ ਇੰਨਾ ਮਹਿੰਗਾ ਸੂਟ ਕਿੱਥੇ ਕਿਸੇ ਦਾ ਜੀ ਕਰਦਾ ਦੇਣ ਦਾ। ਅਤੇ ਲਓ ਜੀ, ਅੱਜ ਫਿਰ ਤੁਹਾਨੂੰ ਆਪਾਂ ਘੱਟ ਵਾਲੇ ਦਿਖਾਤੇ, 1000 ਰੁਪਏ ਦੇ ਵਿੱਚ। ਬੜਾ ਪਿਆਰਾ ਜਿਹਾ ਸਫਾਈ ਦੇ ਨਾਲ ਕੰਮ। ਠੀਕ ਹੈ, ਅਤੇ ਪੂਰੀ ਹੈਵੀ ਲੁੱਕ ਕੱਪੜੇ ਦੇ ਵਿੱਚ, ਪ੍ਰੋਪਰ ਸ਼ਾਈਨ। ਠੀਕ ਹੈ, ਵਾਸ਼ੇਬਲ ਕਰੇਪ ਆਰਾਮ ਨਾਲ ਨਾਲੇ ਬੰਦਾ ਪਾ ਕੇ ਹਟਾਉਂਦਾ ਹੈ, ਕਿਉਂਕਿ ਜਿਹੜੀ ਚੀਜ਼ ਵਾਸ਼ੇਬਲ ਆ ਉਹਦਾ ਯੂਜ਼ ਬਹੁਤ ਹੁੰਦਾ। ਮੈਨੂੰ ਤਾਂ ਵਾਸ਼ੇਬਲ ਕੱਪੜੇ ਬਹੁਤ ਸੋਹਣੇ ਲੱਗਦੇ ਹੈ। ਆਹ ਜੀ, ਆਹ ਤੁਹਾਨੂੰ ਮਿਲਣਾ ਹੈ 2.25 ਮੀਟਰ ਲੈਂਥ ਦਾ ਪ੍ਰੋਪਰ ਤਿਆਰ ਦੁਪੱਟਾ, ਸੈਮੀ ਚਨੌਨ। ਠੀਕ ਹੈ, ਚਨੌਨ ਦੀ ਕਾਪੀ ਜੀ ਹੁੰਦੀ ਹੈ ਇਹ, ਉਹਦੇ ਉੱਪਰ ਬਹੁਤ ਹੀ ਪਿਆਰਾ ਸਫਾਈ ਦੇ ਨਾਲ ਬਰੀਕ ਟਾਂਕੇ ਦਾ ਕੰਮ। ਠੀਕ ਹੈ ਜੀ, ਪ੍ਰਾਈਸ ਰੇਂਜ 1050। ਨੈਕਸਟ ਕਲਰ ਤੁਹਾਨੂੰ ਇਹ 'ਚ ਦੇਣਾ ਹੈ ਪਿੰਕ, ਹੌਟ ਪਿੰਕ। ਠੀਕ ਹੈ, ਅਤੇ ਹੌਟ ਪਿੰਕ ਦੇ ਵਿੱਚ ਸੀ ਗ੍ਰੀਨ ਫਲਾਰ, ਇਹ ਤੁਸੀਂ ਸਾਨੂੰ ਰੋਜ਼ੀ ਦਿਖ ਰਹੀ ਹੋਣੀ ਮਤਲਬ ਦੇਖੋ ਕਿ ਸੀ ਗ੍ਰੀਨ ਆ ਰਹੇ। ਠੀਕ ਹੈ, ਨਾ ਸੋਪਰ ਰੋਜ਼ੀ ਆ। ਲਓ ਜੀ, ਕੱਪੜਾ ਰਨਿੰਗ ਦੇ ਵਿੱਚ ਹੋਊਗਾ 5 ਮੀਟਰ, ਅਤੇ ਪੂਰੀ ਭਰੀ ਹੋਈ ਲੁੱਕ ਹੈ ਸੂਟ ਦੀ, ਬਹੁਤ ਪਿਆਰਾ ਕੰਮ ਹੋਇਆ ਹੋਇਆ, ਥਰੈਡ ਵਰਕ ਪਲੱਸ ਜਰੀ ਵਰਕ। ਠੀਕ ਹੈ, ਇਹ ਜਿਹੜਾ ਤੁਹਾਨੂੰ ਇਹ ਇਕੱਠਾ ਜਿਹਾ ਲੱਗਦਾ ਨਾ, ਇਹਦੇ ਹੇਠਲੇ ਪਾਸੇ ਜਦੋਂ ਆਹ ਚੀਜ਼ ਹੁੰਦੀ ਹੈ ਨਾ, ਜਦੋਂ ਇਹ ਕੱਟਦੇ ਆ ਅਤੇ ਗਿੱਲਾ ਹੋ ਕੇ ਜਦੋਂ ਇਹ ਪ੍ਰੈਸ ਹੁੰਦਾ, ਫਿਰ ਇਹ ਆਪਣੇ ਆਪ ਧਾਗੇ ਆਪਣੀ ਆਪਣੀ ਪੋਜੀਸ਼ਨ 'ਤੇ ਆ ਜਾਂਦੇ, ਕੁਛ ਸਾਰੀਆਂ ਤਹਿਾਂ 'ਚ ਵੀ ਇਕੱਠਾ ਜਿਹਾ ਹੁੰਦਾ। ਅਤੇ ਹੌਟ ਪਿੰਕ ਕਲਰ ਪ੍ਰੋਪਰ, ਅਤੇ ਉਹਦੇ ਉੱਪਰ ਸੀ ਗ੍ਰੀਨ ਫਲਾਰ ਦਾ ਵਰਕ, ਅਤੇ ਫਿਰ ਨਾਲ 2.25 ਮੀਟਰ ਦਾ ਬਹੁਤ ਹੀ ਖੂਬਸੂਰਤ ਸੈਮੀ ਚਨੌਨ ਦਾ ਦੁਪੱਟਾ। ਲਸਟਰ ਦੇਖੋ ਤੁਸੀਂ ਦੁਪੱਟੇ 'ਚ, ਸੈਮੀ ਚਨੌਨ ਵੀ ਅਸੀਂ ਤੁਹਾਨੂੰ ਪਿਓਰ ਚਨੌਨ ਵਰਗੀ ਦਿਖਾ ਰਹੇ ਹਾਂ, ਦੇਖੋ ਚਨੌਨ ਕਿੰਨੀ ਪਿਆਰੀ ਹੈ। ਅਤੇ ਪ੍ਰਾਈਸ ਰੇਂਜ 1050। ਲਓ ਜੀ, ਇਹਦੇ ਉੱਪਰ ਬੋਟਲ ਗ੍ਰੀਨ ਦਾ ਵਰਕ ਹੈ, ਸੀ ਗ੍ਰੀਨ ਅਤੇ ਬੋਟਲ ਗ੍ਰੀਨ। ਹਾਂਜੀ, ਰੇਟ 'ਤੇ ਨਾ ਜਾਣਾ, ਕੱਪੜਾ ਬਹੁਤ ਫਾਈਨ ਲੱਗਿਆ ਹੋਇਆ, ਐਸੀ ਗੱਲ ਨਹੀਂ ਹੈਗੀ। ਠੀਕ ਹੈ, ਵਾਸ਼ੇਬਲ ਕਰੇਪ ਬਹੁਤ ਅੱਛੀ ਵਾਲੀ ਲੱਗੀ ਹੋਈ ਹੈ, ਅਤੇ ਉਹਦੇ ਉੱਪਰ ਕੰਮ ਪੂਰੀ ਸਫਾਈ ਨਾਲ ਹੋਇਆ ਗਿਆ। ਠੀਕ ਹੈ, ਕਿਉਂਕਿ ਅਸੀਂ ਕਿਸੇ ਨੂੰ ਦਈਏ ਵੀ ਅੱਛੀ ਚੀਜ਼ ਦੇਣ ਦਾ ਹੀ ਫਾਇਦਾ, ਅਗਲੇ ਨੇ ਟੇਲਰ ਨੂੰ ਵੀ ਪੈਸੇ ਦੇਣੇ ਹੈ। ਠੀਕ ਹੈ, ਅਤੇ ਇਹਨਾਂ ਦੇ ਥੱਲੇ ਲਾਈਨਿੰਗ ਵਗੈਰਾ ਦੀ ਲੋੜ ਮੇਰਾ ਤਾਂ ਨਹੀਂ ਖਿਆਲ ਹੈਗੀ ਹੈ, ਬਾਕੀ ਅਗਲੇ ਦੀ ਮਰਜ਼ੀ ਹੁੰਦੀ ਹੈ। ਠੀਕ ਹੈ, ਅਤੇ ਨਾਲ ਤੁਹਾਨੂੰ ਮਿਲਣਾ ਇਹ ਦੁਪੱਟਾ, ਬਹੁਤ ਖੂਬਸੂਰਤ, ਬਹੁਤ ਹੀ ਪਿਆਰਾ ਜਿਹਾ ਦੁਪੱਟਾ ਵਿਦ ਵਰਕ। ਠੀਕ ਹੈ, ਪ੍ਰਾਈਸ ਰੇਂਜ 1050। 1050 ਦੇ ਵਿੱਚ ਇਹ ਸੂਟ ਤੁਹਾਡੇ ਘਰ ਤੱਕ ਪਹੁੰਚਣਾ, ਚਾਹੇ ਤੁਸੀਂ ਪਿੰਡ 'ਚ ਰਹਿੰਦੇ ਹੋ, ਚਾਹੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ। ਲਓ ਜੀ, ਇਹ ਮੈਂ ਤਾਂ ਕਹਿੰਦੀ ਹੁੰਦੀ ਹਾਂ, ਕਈ ਸਾਡੀਆਂ ਮੇਰੀਆਂ ਜਿਹੜੀਆਂ ਸਹੇਲੀਆਂ ਨੇ ਨਾ, ਫਰੈਂਡਸ ਮੇਰੀਆਂ, ਉਹ ਮੈਨੂੰ ਕਹਿੰਦੀਆਂ ਵੀ ਅਸੀਂ, ਸਾਨੂੰ ਯਾਦ ਹੋ ਗਿਆ ਕਹਿ ਲਓ, ਚਾਹੇ ਤੁਸੀਂ ਪਿੰਡ 'ਚ ਰਹਿੰਦੇ ਹੋ, ਚਾਹੇ ਸ਼ਹਿਰ 'ਚ ਰਹਿੰਦੇ ਹੋ। ਮੈਂ ਤਾਂ ਕਹਿਣਾ ਪੈਂਦਾ ਸਾਨੂੰ, ਕਿਉਂਕਿ ਬਹੁਤ ਸਾਰੀ ਇਨਕੁਆਇਰੀ ਸਾਨੂੰ ਆਉਂਦੀਆਂ ਸੀ ਕਿ ਅਸੀਂ ਜੀ ਪਿੰਡ 'ਚ ਮੰਗਵਾਉਣਾ ਸੂਟ ਆਜੂਗਾ, ਤਾਂ ਅਸੀਂ ਫਿਰ ਦੱਸਣ ਹੀ ਲੱਗ ਗਏ। ਲਓ ਜੀ, ਪੀਚ ਕਲਰ, ਉਹਦੇ ਉੱਪਰ ਜਰੀ ਦੇ ਰੋਡਸ ਬਣੇ ਹੋਏ ਹੈ, ਜਰੀ ਦਾ ਹੀ ਕੰਮ ਹੈ, ਵਾਸ਼ੇਬਲ ਕਰੇਪ ਹੈ। ਠੀਕ ਹੈ ਜੀ, ਉਹਦੇ ਉੱਪਰ ਜਰੀ ਦੇ ਫਲਾਰ ਬਣੇ ਹੋਏ ਹੈ।
ਘੇਰਾ ਮੈਂ ਤੁਹਾਨੂੰ ਇੱਧਰ ਦੱਸ ਦਿੰਦੀ। ਵੈਸੇ ਇਹੋ ਜਿਹੇ ਸੂਟਾਂ ਦੇ ਵਿੱਚ ਘੇਰੇ ਦੀ ਕੋਈ ਦਿੱਕਤ ਹੁੰਦੀ ਨਹੀਂ, ਕਿਉਂਕਿ ਤੁਸੀਂ ਥੋੜ੍ਹਾ ਬਹੁਤਾ ਵੱਧ ਘੱਟ ਵੀ ਲੈ ਲੈਂਦੇ ਹੋ, ਕਿਉਂਕਿ ਐਂਡ ਬੇਲ ਤਾਂ ਕੋਈ ਹੈ ਨਹੀਂ ਗੀ, ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ 22 ਤੱਕ 21-22 ਤੱਕ ਇਹਦੇ ਜਿਹੜਾ ਘੇਰਾ ਹੈ। ਬਾਕੀ ਤੁਸੀਂ ਆਪਣਾ ਵੱਧ ਬਣਾ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਇਹਦੇ ਵਿੱਚ। 5 ਮੀਟਰ ਰਨਿੰਗ ਦੇ ਵਿੱਚ ਸੂਟ ਮਿਲੂਗਾ, ਠੀਕ ਹੈ। ਅਤੇ ਨਾਲ ਤੁਹਾਨੂੰ ਮਿਲਣਾ ਉਹੀ ਖੂਬਸੂਰਤ ਸੈਮੀ ਚਨੋਨ ਦਾ ਦੁਪੱਟਾ, ਉਹਦੇ ਉੱਤੇ ਸਕੈਲਪਿੰਗ ਪਲੱਸ ਬੇਲ, ਬਹੁਤ ਹੀ ਪਿਆਰੀ ਚੀਜ਼ ਬਣੀ ਹੋਈ ਹੈ। ਪ੍ਰਾਈਸ ਰੇਂਜ 1050, ਠੀਕ ਹੈ, ਸੇਮ ਪ੍ਰਾਈਸ ਹੈ 1050। ਨੈਕਸਟ ਹੈ ਲੈਮਨ ਯੈਲੋ, ਹਾਂਜੀ ਠੀਕ ਹੈ, ਲੈਮਨ ਯੈਲੋ ਜਿਹਾ ਕਲਰ ਹੈ, ਵਿੱਚ ਦਾਣਾ ਬਣਿਆ ਹੋਇਆ ਹੈ ਜਰੀ ਦਾ ਸਾਰੇ ਫਰੰਟ ਦੇ ਉੱਤੇ, ਜਿਹੜਾ ਕਿ ਬਹੁਤ ਹੀ ਸੋਹਣੇ ਲੱਗਦਾ ਹੈ। ਸਿੰਪਲ ਐਂਡ ਸੋਬਰ, ਅਤੇ ਥੱਲੇ ਜਰੀ ਦੇ ਨਾਲ 4 ਫਲਾਰ ਬਣੇ ਹੋਏ ਹੈ, ਬਹੁਤ ਸਫਾਈ ਦੇ ਨਾਲ। ਨੇੜੇ ਹੋਕਸ ਕਰਕੇ ਦਿਖਾ ਦਿੰਦੇ ਹਾਂ ਅਸੀਂ ਤੁਹਾਨੂੰ ਕਿੰਨੀ ਸਫਾਈ ਦੇ ਨਾਲ ਕੰਮ ਹੋਇਆ ਹੋਇਆ। ਅਤੇ ਇਹਦੇ ਨਾਲ ਤੁਹਾਨੂੰ ਮਿਲਣਾ ਇਹ ਦੁਪੱਟਾ, ਲਓ ਜੀ, ਹੁਣ ਤੁਸੀਂ ਭਾਵੇਂ ਆਪ ਸਵਾਓ ਅਤੇ ਭਾਵੇਂ ਗਿਫਟ ਕਰੋ, ਗਿਫਟ ਕਰ ਦਿਓ, ਰੇਂਜ ਵਿੱਚ ਗਿਫਟ ਲਿਆਤਾ ਤੁਹਾਨੂੰ, ਇੱਦੋਂ ਸਸਤਾ ਗਿਫਟ ਤਾਂ ਹੁਣ ਮੁਸ਼ਕਲ ਹੈ। ਲਓ ਜੀ, ਅਤੇ ਇਹ ਤੁਹਾਨੂੰ ਮਿਲਣਾ ਦੁਪੱਟਾ, ਜਿਹਦੀ ਲੈਂਥ 2.5 ਮੀਟਰ ਮੈਜਰ ਕੀਤੀ ਹੈ ਅਸੀਂ, ਠੀਕ ਹੈ। ਅਤੇ ਪ੍ਰਾਈਸ ਰੇਂਜ 1050। ਅਤੇ ਜੀ ਅਗਲਾ ਇਹ ਵੈਰੀ ਪ੍ਰੀਟੀ ਸੂਟ ਜਿਹੜਾ ਹੈ, ਇਹ ਬਣਿਆ ਹੋਇਆ ਹੈ ਮਸਲੀਨ ਦੇ ਉੱਤੇ, ਠੀਕ ਹੈ। ਇੱਕ ਕਾਟਨ ਮਸਲੀਨ ਹੁੰਦੀ ਹੈ, ਇਹ ਮਸਲੀਨ ਬੜੀ ਹੋਰ ਮਤਲਬ ਥੋੜ੍ਹਾ ਜਿਹਾ ਹਾਂ ਸ਼ਾਈਨੀ ਕੰਟੈਂਟ ਹੈ ਇਹ। ਮੈਨੂੰ ਐਂ ਲੱਗਦਾ ਵੀ ਇਹਦੇ 'ਚ ਜਿਵੇਂ ਕਿ ਨਹੀਂ, ਕਈ ਵਾਰੀ ਢਿੱਲੀ ਜਿਹੀ ਹੋ ਜਾਂਦੀ ਹੈ ਮਸਲੀਨ ਧੁੱਤੇ ਤੋਂ, ਇਹ ਉਵੇਂ ਹੋਣ ਵਾਲੀ ਨਹੀਂ ਹੈ, ਮੜਕ ਜੀ ਹੈ ਇਹਦੇ 'ਚ। ਇਹ ਖੂਬਸੂਰਤ ਪਫ ਵਰਕ ਦਾ ਕੰਮ, ਗੁੱਟੀ ਪੱਤੀ ਦਾ, ਠੀਕ ਹੈ, ਮਿਰਰ ਵਰਕ, ਗੋਟਾ ਪੱਤੀ, ਇਹ ਗਲੇ ਕੋਲ ਆਊਗਾ ਫੁੱਲ, ਗੋਟਾ ਪੱਤੀ, ਮਿਰਰ ਵਰਕ ਪਲੱਸ ਥਰੈਡ ਵਰਕ, ਠੀਕ ਹੈ, ਪਫ ਵਰਕ ਕਹਿੰਦੇ ਇਹਨੂੰ। ਬੜਾ ਸੋਹਣਾ ਕੰਮ, 3 ਫਲਾਰ ਬਣੇ ਹੋਏ ਹੈ, ਨੀਚੇ ਬਾਰਡਰ ਬਣਿਆ ਹੋਇਆ। ਬਾਰਡਰ ਮੈਂ ਤੁਹਾਨੂੰ ਫਿਰ ਵੀ ਮੈਜਰਮੈਂਟ ਦੱਸ ਦਿੰਦੀ ਹਾਂ ਇਹਦੀ, 26 ਤੱਕੇ ਦੇ ਬਾਰਡਰ ਦੇ ਉੱਤੇ ਕੰਮ ਹੈ, ਘੇਰਾ 26 ਤੱਕ ਤਿਆਰ ਹੋ ਜੂਗਾ, 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ। ਅਤੇ ਨਾਲ ਮਿਲਣਾ ਤੁਹਾਨੂੰ ਇਹ ਦੁਪੱਟਾ ਜਿਹੜਾ ਕਿ ਓਰੀਐਂਟਲ ਹੈ, ਅਤੇ ਬਾਹਰ ਦੇਖੋ ਤੁਸੀਂ ਦੁਪੱਟੇ ਦਾ, ਖੁੱਲ੍ਹਾ ਡੁੱਲਾ ਦੁਪੱਟਾ ਹੋਊਗਾ, ਚਾਰੋਂ ਲੜਾਂ ਦੇ ਉੱਤੇ ਫੁੱਲ ਹੋਣਗੇ ਅਤੇ ਵਿੱਚ ਸੀਕੁਐਂਸ ਹੋਊਗਾ, ਅਤੇ ਗੋਟਾ ਲੱਗ ਕੇ ਪੂਰਾ ਤਿਆਰ ਹੈ। ਇਹ ਤਾਂ ਇਹਦੇ ਨੀਚੇ ਵਾਲਾ ਜਿਹੜਾ ਉਹ ਲਾਇਆ ਹੁੰਦਾ ਨਾ ਪੇਪਰ, ਹਾਂ ਉਹ ਕਟਿੰਗ ਹੋਣ ਵਾਲੀ ਹੈ। ਅਤੇ ਬਹੁਤ ਹੀ ਪਿਆਰਾ ਸੂਟ ਹੈ, ਪ੍ਰਾਈਸ ਰੇਂਜ 1750-1750 1750-1750 ਦੇ ਵਿੱਚ ਇਹ ਸੂਟ ਤੁਹਾਡੇ ਘਰ ਪਹੁੰਚਣਾ, 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ। ਇਹ ਫਿਰੋਜ਼ੀ ਕਲਰ ਸੀਗਾ, ਅਗਲਾ ਹੈ ਗਾਜਰੀ ਪਿੰਕ, ਹੈ ਨਾ, ਹਾਂਜੀ ਗਾਜਰੀ ਕਲਰ ਹੈ ਪ੍ਰੋਪਰ, ਬਹੁਤ ਪਿਆਰਾ ਸੂਟ ਹੈ। ਲਓ ਜੀ, ਉਹ ਤੁਹਾਨੂੰ ਰੇਲ ਲੈਣ ਲਈ ਸਾਰੀ ਰੇਂਜ ਦਿੱਤੀ, 2600 ਤੁਸੀਂ ਕਾਫੀ ਥੱਲੇ ਲੈ ਆਏ, 1000 ਜਿਹਨੇ 1000 ਵਾਲਾ ਦੇਣਾ ਉਹ 1000 ਵਾਲਾ ਵੀ ਦੇ ਸਕਦਾ, ਅਤੇ ਜਿਹਨੇ 1500-1700 ਲਾਉਣਾ ਉਹ ਵੀ, ਠੀਕ ਹੈ, ਹੁਣ ਤੁਹਾਡੀ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਕੋਈ ਵੀ। ਲਓ ਜੀ, 26 ਤੱਕ ਘੇਰਾ ਤਿਆਰ ਹੈ, ਥਰੈਡ ਵਰਕ ਪਲੱਸ ਗੋਟਾ ਪੱਤੀ ਪਲੱਸ ਮਿਰਰ ਵਰਕ, ਠੀਕ ਹੈ, ਬਹੁਤ ਪਿਆਰਾ ਕੰਮ ਹੋਇਆ ਵਾ ਸਫਾਈ ਦੇ ਨਾਲ, ਠੀਕ। ਅਤੇ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ, ਅਤੇ ਸ਼ਾਈਨੀ ਸ਼ਾਈਨੀ ਕੱਪੜਾ ਹੈ ਮਸਲੀਨ ਦਾ, ਬਹੁਤ ਪਿਆਰਾ, ਠੀਕ ਹੈ। ਅਤੇ ਇਹਦੇ ਨਾਲ ਤੁਹਾਨੂੰ ਓਰੀਐਂਟਲ ਦਾ ਦੁਪੱਟਾ ਵਿੱਚ ਸੀਕੁਐਂਸ ਵਰਕ ਸਾਰੇ ਦੇ ਵਿੱਚ, ਅਤੇ ਚਾਰੋਂ ਲੜਾਂ ਦੇ ਉੱਤੇ 4 ਫੁੱਲ ਸੇਮ ਗੋਟੇ ਦੇ ਨਾਲ ਰੈਡੀ ਕੀਤਾ ਹੋਇਆ। ਪ੍ਰਾਈਸ ਰੇਂਜ 1750, 2D ਸੂਟ ਕਹਿ ਦਿੰਦੇ ਆ, ਹਲਕਾ ਜਿਹਾ ਦੁਪੱਟੇ ਦਾ ਡਿਫਰੈਂਸ, ਦੁਪੱਟੇ ਦੇ ਵਿੱਚ ਫਰਕ ਰੱਖਿਆ ਹੁੰਦਾ, ਇਹਨੂੰ 2D ਸੂਟ ਕਹਿ ਦਿੰਦੇ ਆ, ਠੀਕ ਹੈ। ਅਤੇ ਪਿਓਰ ਕਲਰ ਹੈ ਜੀ ਇਹ, ਠੀਕ ਹੈ। ਮੈਂ ਤੁਹਾਨੂੰ ਦੋ, ਇਹ ਯੈਲੋਇਸ਼ ਹੈ, ਇਹਦਾ ਪੈਰਟ ਇਹਦਾ ਅਲੱਗ ਹੈ, ਇਹਦਾ ਪੈਰਟ ਅਲੱਗ ਹੈ, ਇਹ ਹਲਕੀ ਜੀ ਗ੍ਰੀਨਿਸ਼ ਭਾਅ ਮਾਰਦਾ ਹੈ, ਹੈ ਨਾ, ਪੀਲੇ ਦੇ ਵਿੱਚ ਹਲਕਾ ਜਿਹਾ ਜਿਵੇਂ ਗ੍ਰੀਨ ਮਿਕਸ ਕੀਤਾ ਹੋਵੇ, ਹਲਕਾ ਜਿਹਾ ਮਾੜਾ ਜਿਹਾ ਭਾਅ ਜੀ ਮਾਰਦਾ। ਬਹੁਤ ਪਿਆਰੀ ਚੀਜ਼ ਹੈ, ਫਿਰੋਜ਼ੀ ਨਾਲ, ਹਲਕੇ ਫਿਰੋਜ਼ੀ ਨਾਲ ਕੰਮ ਹੋਇਆ ਹੋਇਆ। ਇੱਕ ਫੁੱਲ ਸੇਮ ਕਲਰ ਦਾ ਯੈਲੋ ਦਾ ਹੀ ਹੈ, ਪੈਰਟ ਯੈਲੋ ਜੀ ਇਹਦਾ, ਦੇਖੋ ਬਾਰਡਰ ਤੋਂ ਪਤਾ ਲੱਗਦਾ, ਠੀਕ ਹੈ। ਇੱਕ ਕਲਰ ਫਿਰੋਜ਼ੀ ਲੱਗਿਆ ਹੋਇਆ, ਬਹੁਤ ਪਿਆਰਾ ਕੰਮ, 5 ਮੀਟਰ ਰਨਿੰਗ ਦੇ ਵਿੱਚ ਮਸਲੀਨ ਦਾ ਸੂਟ, ਠੀਕ ਹੈ, ਮਸਲੀਨ ਸਿਲਕ ਜੀ ਹੈ ਇਹ, ਬੜੀ ਪਿਆਰੀ, ਠੀਕ ਹੈ, ਬਿਊਟੀਫੁੱਲ, ਵਾਰ ਬਹੁਤ ਖੁੱਲ੍ਹੀਆਂ ਦੁਪੱਟਿਆਂ ਨੇ, ਲੈਂਥ ਵਾਧੂ, ਖੁੱਲ੍ਹੇ ਡੁੱਲੇ ਦੁਪੱਟੇ ਨੇ, ਵਾਰ ਹੀ ਇਹਨਾਂ ਦਾ ਇੰਨਾ ਜੀ, ਇਹ 2.25 ਦੇ ਵਿੱਚ ਹੀ ਠੀਕ ਆਊਗਾ, 2 ਮਿੰਟਾਂ 2 'ਚ ਹੀ ਠੀਕ ਆਊਗਾ, ਜੇ 2.5 ਮੀਟਰ ਦਾ ਤਾਂ ਚੱਕ ਹੀ ਨਹੀਂ ਹੋਣਾ, ਕਿਉਂਕਿ ਇਹਨਾਂ ਦਾ ਵਾਰ ਬਹੁਤ ਜ਼ਿਆਦਾ ਹੈ, ਚਲੋ ਇਹਨਾਂ ਦਾ ਇਹਦਾ ਵਾਰ ਹੀ ਹੈ, ਬਹੁਤ ਪਿਆਰਾ, 1.5 ਮੀਟਰ ਦਾ ਹੋ ਜਾਂਦਾ ਹੈ ਨਾ।
ਪ੍ਰਾਈਸ ਰੇਂਜ 1750 ਠੀਕ ਹੈ ਨੈਕਸਟ ਇਹਦੇ ਵਿੱਚ ਕਲਰ ਹੈ ਪੈਰਟ ਹਲਕਾ ਜਿਹਾ ਪੈਰਟ ਕਲਰ ਹੈ ਲਓ ਜੀ ਪਿੰਕ ਦੇ ਨਾਲ ਅਤੇ ਪੈਰਟ ਦੇ ਨਾਲ ਕੰਮ ਹੋਇਆ ਮੈਂ ਪੂਰਾ ਕਹੂੰਗਾ ਕੱਪੜਾ ਬਹੁਤ ਫਾਈਨ ਹੈ ਬਹੁਤ ਸੋਹਣਾ ਕੱਪੜਾ ਲੱਗਿਆ ਹੋਇਆ ਮਸਲੀਨ ਦਾ ਇਹਨਾਂ ਨੂੰ ਲਾਈਨਿੰਗ ਵਗੈਰਾ ਦੀ ਲੋੜ ਨਹੀਂ ਮਿੱਤਰ ਖਿਆ ਚੰਡਾ ਸ਼ੇਡ ਦੀ ਵੀ ਲੋੜ ਨਹੀਂ ਨਹੀਂ ਹਾਂ ਸੀ ਥਰੂ ਨਹੀਂ ਹੈਗਾ ਮੀਟ ਲਓ ਇਹ ਆ ਗਿਆ ਪਿੰਕ ਗਾਜਰੀ ਇਹਦੇ ਨਾਲ ਕੰਮ ਹੋਇਆ ਹੋਇਆ ਅਤੇ ਇੱਕ ਫੁੱਲ ਅਲਟਰਨੇਟ ਬਣੇ ਹੋਏ ਪਿੰਕ ਗਾਜਰੀ ਨਾਲ ਇੱਕ ਸੇਮ ਕਲਰ ਨਾਲ ਉਹਨੂੰ ਬੋਰਡਰ ਦਿੱਤਾ ਹੋਇਆ ਗਾਜਰੀ ਦਾ ਬਹੁਤ ਹੀ ਪਿਆਰਾ ਸਫਾਈ ਦੇ ਨਾਲ ਲਸ਼ ਲਸ਼ ਕਰਦਾ ਚਮ ਚਮ ਕਰਦਾ ਸੂਟ ਹੈ ਨਾਲ ਮਿਲਣਾ ਤੁਹਾਨੂੰ ਇਹਦੇ ਔਰਗੈਂਜ਼ਾ ਦਾ ਦੁਪੱਟਾ ਜਿਹਦੇ 'ਚ ਸੀਕੁਐਂਸ ਹੈ ਸਾਰੇ 'ਚ ਇਹ ਨਾਲ ਚਾਰੋਂ ਲੜਾਂ 'ਤੇ ਫੁੱਲ ਪਲੱਸ ਗੋਟਾ ਠੀਕ ਹੈ ਪ੍ਰਾਈਸ ਰੇਂਜ 1750 ਇਸੇ ਸਾਡੀ ਅੱਜ ਦੀ ਕਲੈਕਸ਼ਨ ਅਤੇ ਇਹਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਵੀ ਜੇ ਇਹਦੇ ਵਿੱਚੋਂ ਅੱਜ ਦੀ ਵੀਡੀਓ 'ਚ ਕੋਈ ਵੀ ਸੂਟ ਦੋ ਤੁਸੀਂ ਲੈਂਦੇ ਹੋ ਤਾਂ 100 ਰੁਪਈਆ ਸੂਟ ਮਗਰ ਆਪੇ ਘੱਟ ਕਰ ਲਿਓ ਜਿਹੜੇ ਮਰਜ਼ੀ ਤੋਂ ਕੋਈ ਵੀ ਠੀਕ ਹੈ 100 ਰੁਪਈਆ ਸੂਟ ਮਗਰ ਤੁਹਾਨੂੰ ਅਸੀਂ ਘੱਟ ਕੇ ਦੇ ਦਾਂਗੇ ਉਹ ਵੀ ਤਾਂ ਸਾਡੀ ਇੱਕ ਭੈਣ ਕਹਿੰਦੀ ਵੀ ਸਾਰੇ ਸੇਲਾਂ ਲਾਉਂਦੇ ਹੋ ਤੁਸੀਂ ਸੇਲਾਂ ਕਿਉਂ ਨਹੀਂ ਲਾਉਂਦੇ ਸਾਡੇ ਰੇਟ ਹੀ ਡਾਊਨ ਹੁੰਦੇ ਕਿ ਇਸ ਤੋਂ ਥੱਲੇ ਅਸੀਂ ਕੀ ਸੇਲ ਲਾਈਏ ਤਾਂ ਅਸੀਂ ਇੰਨਾ ਕੁ ਕਰ ਸਕਦੇ ਹਾਂ ਜਿੰਨਾ ਕੁ ਅੱਜ ਕਰਤਾ ਰਵਨੀਤ ਕੌਰ ਭੈਣ ਸਾਡੀ ਇੱਕ ਮੋਗਾ ਕਲੈਕਸ਼ਨ ਪਸੰਦ ਆਊਗੀ ਤੇ ਜੇ ਤੁਸੀਂ ਸ਼ੋਪ ਤੇ ਆਉਣਾ ਚਾਹੁੰਦੇ ਹੋ ਬਿਲਕੁਲ ਆਓ ਜੀ ਸਾਡਾ ਐਡਰੈਸ ਹੈ ਕਲੇ ਕਲੋਥ ਹਾਊਸ ਜੋੜੀਆਂ ਸੜਕਾਂ ਨੇੜੇ ਢਿੱਲੋ ਹਨਵਰਡ ਚੀਕੇ ਵਾਲਾ ਮੋੜ ਪਟਿਆਲਾ ਫੋਨ ਨੰਬਰ ਸਾਡਾ ਉੱਪਰੀ ਹੋਊਗਾ ਸਕਰੀਨ 'ਤੇ ਉਹਦੇ 'ਤੇ ਤੁਸੀਂ ਸਕਰੀਨਸ਼ੋਟ ਲੈ ਕੇ ਭੇਜਣੀ ਹੈ ਗੂਗਲ ਪੇ ਨੂੰ ਸੋਰੀ COD ਨੂੰ ਛੱਡ ਕੇ ਕਿਸੇ ਵੀ ਮੈਥਡ ਦੇ ਨਾਲ ਤੁਸੀਂ ਪੇਮੈਂਟ ਕਰ ਸਕਦੇ ਹੋ ਅਤੇ ਜੇ ਤੁਸੀਂ ਆਉਣਾ ਤਾਂ ਇੱਕ ਵਾਰੀ ਫੋਨ ਜ਼ਰੂਰ ਕਰਨਾ ਕਿਉਂਕਿ ਸਾਡਾ ਟਾਈਮ ਹੈ 10 ਤੋਂ 5 ਅਤੇ ਸਾਡਾ ਸੰਡੇ ਆਫ ਠੀਕ ਹੈ ਜੀ ਬਹੁਤ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੀਆਂ ਰਹੋ ਤੁਹਾਡੇ ਕਮੈਂਟ ਸਾਡੀ ਗਾਈਡੈਂਸ ਇੰਪਰੂਵਮੈਂਟ ਲਈ ਬਹੁਤ ਸਪੇਸ ਹੈ ਤੁਸੀਂ ਸਾਨੂੰ ਰਾਹ ਦਿਖਾਓਗੇ ਅਸੀਂ ਜ਼ਰੂਰ ਇੰਪਰੂਵ ਕਰਾਂਗੇ ਅਤੇ ਬਹੁਤ ਜਲਦ ਅਗਲੀ ਵੀਡੀਓ ਚੱਲਾਂਗੇ